ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਕੋ ਪੁੱਛਣਾ ਸੀਗਾ ਜਿੱਦਾਂ ਮੈਂ ਮੈਰਿਜ ਬੇਸ ਤੇ ਇੱਥੇ ਆਈ ਸੀ ਹਾਂਜੀ ਸਾਲ ਕੁ ਬਾਅਦ ਜਿੱਦਾਂ ਮੇਰੇ ਹਸਬੈਂਡ ਦੀ ਡੈਥ ਹੋ ਗਈ ਸੀ ਅੱਛਾ ਜੀ ਉਹਨਾਂ ਤੋਂ ਬਾਅਦ ਜਿੱਦਾਂ ਫਿਰ ਮੇਰਾ ਇਨਡੈਫੀਨਿਟਲੀ ਮੈਂ ਇੱਥੇ ਇਨਡੈਫੀਨਿਟ ਮਿਲੀ ਸੀ ਮੈਨੂੰ ਅੱਛਾ ਜੀ ਹੁਣ ਜਿੱਦਾਂ ਮੈਂ ਬ੍ਰਿਟਿਸ਼ ਸਿਟੀਜ਼ਨ ਲਈ ਅਪਲਾਈ ਕਰ ਸਕਦੀ ਹਾਂ ਯੂਜੂਲੀ ਤੁਹਾਨੂੰ ਭੈਣ ਜੀ 5 ਸਾਲ ਠਹਿਰਨਾ ਪਊ ਤਾਂ ਪੂਰੇ 5 ਸਾਲ ਹੋਣ ਤੇ ਹੁੰਦੇ ਆ ਯੂਜੂਲੀ 5 ਸਾਲ ਠੀਕ ਹੈ ਤੁਸੀਂ ਐਕਸਪਲੇਨ ਤੁਹਾਨੂੰ ਕਿੰਨਾ ਚਿਰ ਹੋ ਗਿਆ ਹੁਣ ਇੱਥੇ 5 ਸਾਲ ਕਿੰਨਾ ਚਿਰ ਹੋ ਗਿਆ ਤੁਹਾਨੂੰ ਆਇਆ ਨੂੰ ਹਾਂਜੀ ਸਤੰਬਰ ਮੈਨੂੰ ਆ ਸਤੰਬਰ ਚ ਹੋ ਜਾਣੇ 5 ਸਾਲ ਉਸ ਤੋਂ ਬਾਅਦ ਅਪਲਾਈ ਕਰ ਦਿਓ ਫਿਰ ਤੁਸੀਂ ਉਸ ਤੋਂ ਬਾਅਦ ਜਿੱਦਾਂ ਜਿੱਦਣ ਹੁੰਦੇ ਉਸ ਤੋਂ ਬਾਅਦ ਅਗਲੇ ਦਿਨ ਭਾਵੇਂ ਅਪਲਾਈ ਕਰ ਦਿਓ 28 ਦਿਨ ਪਹਿਲਾਂ ਹੀ ਕਰ ਦਿਓ ਜੀ ਕੋਈ ਪ੍ਰੋਬਲਮ ਨਹੀਂ ਹਾਂਜੀ 28 ਦਿਨ ਪਹਿਲਾਂ ਹੀ ਕਰ ਸਕਦੇ ਆ ਠੀਕ ਹੈ 28 ਦਿਨ ਪਹਿਲਾਂ ਹਾਂਜੀ ਓਕੇ ਥੈਂਕ ਯੂ ਭਾਈ ਓਕੇ ਜੀ ਨੋ ਪ੍ਰੋਬਲਮ ਥੈਂਕ ਯੂ ਤੁਹਾਡਾ ਇਹਦੇ ਵਿੱਚ ਕਈ ਸਰਕਮਸਟੈਂਸਿਸ ਹੁੰਦੇ ਆ ਕਿ ਜਦੋਂ ਤੁਸੀਂ ਵਿਆਹ ਵਾਲੇ ਵੀਜ਼ੇ ਤੇ ਆ ਜਾਂਦੇ ਆ ਤਾਂ ਕਈ ਕੇਸ ਅਸੀਂ ਕੀਤੇ ਆ ਕਿ ਉਹਨਾਂ ਦੇ ਹਸਬੰਡ ਜਾਂ ਵਾਈਫ ਪੂਰੇ ਹੋ ਜਾਂਦੇ ਆ ਸਾਲ ਦੇ ਵਿੱਚ ਵਿੱਚ ਅਤੇ ਪਹਿਲਾਂ ਤਾਂ ਰੱਬ ਨਾ ਹੀ ਕਰੇ ਪਰ ਜੇ ਇੱਦਾਂ ਦਾ ਕੋਈ ਸਿਚੁਏਸ਼ਨ ਆਵੇ ਫਿਰ ਵੀ ਤੁਸੀਂ ਇਨਡੈਫੀਨਿਟ ਲੀਵ ਲੈ ਸਕਦੇ ਆ ਓਨਲੀ ਜੇ ਤੁਸੀਂ ਐਜ਼ ਅ ਸਪਾਊਸ ਆਏ ਆ ਸੇ ਕਈ ਲੋਕ ਕਹਿੰਦੇ ਕਿ ਭਾਅ ਜੀ ਜੇ ਅਸੀਂ ਸਟੂਡੈਂਟ ਆਈਏ ਤਾਂ ਸਾਡਾ ਜਿਹਨਾਂ ਨਾਲ ਵਿਆਹ ਕਰਕੇ ਆਇਆ ਉਹ ਪੂਰਾ ਹੋ ਜਾਵੇ ਅਤੇ ਫਿਰ ਅਸੀਂ ਪੱਕੇ ਹੋ ਸਕਦੇ ਨਹੀਂ ਇਹ ਲਿਮਿਟਿਡ ਲੀਵ ਵਾਲਿਆਂ ਲਈ ਨਹੀਂ ਹੈਗੇ ਉਹਨਾਂ ਲਈ ਆ ਜਿਹੜੇ ਪੱਕੇ ਬੰਦੇ ਨਾਲ ਇੱਥੇ ਯੂਰਪ ਦੇ ਬੰਦੇ ਨਾਲ ਵਿਆਹ ਕਰਕੇ ਆਉਂਦੇ ਆ ਸੋ ਇਹ ਕਨਸੈਸ਼ਨ ਹੈਗੀ ਆ ਜੇ ਤੁਸੀਂ ਇੱਥੇ ਆਉਂਦੇ ਆ ਤਾਂ ਤੁਹਾਡੇ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਤੁਹਾਡੇ ਹਸਬੈਂਡ ਜਾਂ ਵਾਈਫ ਪੂਰੇ ਹੋ ਜਾਂਦੇ ਆ ਤਾਂ ਉਹਦੇ ਵਿੱਚ ਤੁਸੀਂ ਅਪਲਾਈ ਕਰ ਸਕਦੇ ਇਨਡੈਫੀਨਿਟ ਲੀਵ ਲਈ ਇਹ ਕਨਸੈਸ਼ਨ ਦਿੱਤੀ ਹੋਆ